ਸਤਿ ਸ਼੍ਰੀ ਅਕਾਲ ਜੀ ਬਾਈ, ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ। ਲਓ ਜੀ ਬਾਈ ਜੀ, ਤਰੀਕ ਹੋ ਗਈ ਜੀ ਅੱਜ 7, ਜਿਹੜਾ ਕੰਮ ਚੱਲਦਾ ਹੈ ਨਾ, ਤੁਹਾਨੂੰ ਪਤਾ ਹੀ ਵੀ ਅੱਜ 7-6 ਦਾ ਮੀਂਹ ਹੈ ਜਿਹੜਾ ਨਾ, ਵੀ ਤਕੜਾ ਮੀਂਹ ਪੈਣ ਕਰਕੇ ਜਿਹੜਾ ਕੰਮ ਹੈ ਨਾ ਉਹਦੀ ਥੋੜ੍ਹਾ ਜਿਹਾ ਰੁਕਿਆ। ਤਾਂ ਕੱਲ੍ਹ ਦੀ ਦਿਹਾੜੀ ਪਰਸੋਂ ਦੀ ਵੀਡੀਓ 'ਚ ਨਾ ਤੁਹਾਨੂੰ ਦੇਖਿਆ ਵੀ ਰਿੰਮ ਲੈਣ ਗਿਆ ਤਾਂ ਮੈਂ, ਜਿਹੜੇ ਟਾਇਰ ਬਾਹਰ ਕੱਢਣ ਵਾਲੇ ਰਿੰਮ ਬਾਈ ਲਿਆਉਂਦੇ ਤੇ ਰਿੰਮ ਲਿਆਉਣ 'ਤੇ ਨਾ ਕਹਿੰਦੇ ਬਾਬਾ ਨਾਨਕ ਜਰ ਵੀ ਹੈ ਨਾ ਮਹਾਰਾਜ ਹੱਥ ਫੜਦਾ ਤਾਂ ਫਿਰ ਵਧੀਆ ਤਰੀਕੇ ਕਹਿ ਲਏ ਫੜਦਾ। ਆਪਾਂ ਨੂੰ ਇੱਕ 4x4 ਹੈ ਨਾ ਲੇ ਲੈਣ ਦਾ, ਮੈਂ ਕਿਹਾ ਵੀ ਗਿੱਲਾ ਹੋ ਗਿਆ ਬਾਈ ਹੈ ਨਾ, ਹੁਣ ਆਪਣੇ ਜਿਨ੍ਹਾਂ ਦੇ ਪਹਿਲਾਂ ਆਪਾਂ ਵੱਢੀ ਹੋਈ ਆ ਉਹਨਾਂ ਦੇ 15-20 ਕਿੱਲੇ ਅਜੇ ਪਏ ਆ 2-3 ਘਰਾਂ ਦੇ। ਮੈਂ ਕਿਹਾ ਵੀ ਕਿੱਲਾ ਹੈਗਾ ਅਜੇ, 50-60 ਕਿੱਲੇ ਹੋਰ ਹੋ ਜਾਣੇ ਹੈ ਨਾ। ਫਿਰ ਗਿੱਲੇ 'ਚ ਬਾਈ ਤੁਹਾਨੂੰ ਪਤਾ ਟੂ ਵੀਲ ਮਸ਼ੀਨ ਤੁਰਦੀ ਨਹੀਂ, ਫਿਰ ਇੱਕ ਸਮੱਸਿਆ ਇਹ ਆ ਦਾਣੇ ਬਾਹਰ ਪਾਉਣ ਆਉਣ ਪੈਂਦਾ ਹੈ ਨਾ। ਚਲੋ ਮਸ਼ੀਨ ਤਾਂ ਬਾਈ ਗਿੱਲੇ ਤੁਰ ਪੈਂਦੀ ਆ, ਟਰੈਕਟਰ ਫਾਸ ਕੇ ਟਰਾਲੀ ਤਾਂ ਫਿਰ ਨਿਕਲਦੀ ਹੈ ਨਹੀਂ, ਉਹਦੇ ਕਰਕੇ ਫਿਰ 4x4 ਆਪਾਂ ਨੇ ਹੈ ਨਾ ਕੱਲ੍ਹ ਦੇਖਿਆ ਇੱਕ 4x4 ਵਧੀਆ ਮਿਲ ਗਿਆ ਆਪਾਂ ਨੂੰ। ਚਲੋ ਉਹਦਾ ਤੁਹਾਨੂੰ ਦੱਸਾਂਗੇ ਰੇਟ ਰੂਟ ਦਾ ਜਿੱਦਾਂ ਲੱਗੂਗਾ ਮਸ਼ੀਨ ਨੂੰ ਹੈ ਨਾ। ਵੈਸੇ 4x4 ਆਪਾਂ ਗੱਲ ਕਰ ਲਈ ਵੀ ਆਪਣਾ ਇਹ ਹੁਣ ਲਾ ਦਾਂਗੇ ਇਹਨੂੰ ਇੱਕ, ਅੱਜ ਸ਼ਾਇਦ ਮੁੰਡੇ ਆਏ ਨਾ ਰਾਤ ਨੂੰ ਲਾਉਣੇ ਵਾਲੇ, ਅਜੇ ਤਾਂ 2-wheel 'ਤੇ ਚਲਾਈ ਅੱਜ। ਬਾਕੀ ਗਿੱਲਾ ਤੁਹਾਨੂੰ ਦਿਖਾਈ ਦੇਣਾ ਨਾ ਬਾਈ, ਦੇਖੋ ਗਿੱਲਾ ਆ ਬਾਈ ਨੇ ਖੇਤ ਦੇ ਵਿੱਚ ਟਰਾਲੀ ਉਤਾਰ ਲਈ ਸੀ, ਐਂ ਕਿ ਸੰਭਾਣੀ ਪਈ ਆ, ਜਿਹਨੇ ਚਿੱਕੜ ਹੋ ਗਿਆ ਬਾਈ ਪੂਰਾ, ਟਰੈਕਟਰ ਮਸੀ ਚੜਿਆ ਉੱਪਰਾ ਦੇਖੋ ਇੱਧਰ। ਬਾਕੀ ਆ ਇਹ ਸਾਬੀ ਬਾਈ ਦੇ ਆਪਣੇ 6 ਕਿੱਲੇ ਦੇ, 6 ਕਿੱਲਿਆਂ ਦੇ ਵਿੱਚੋਂ ਹੈ ਨਾ ਉੱਦਣ ਆਪਾਂ 2 ਟਰਾਲੇ ਇਹ 'ਚੋਂ ਭਰਤੇ ਅਤੇ 1 ਟਰਾਲਾ ਪਰਾਂ ਦੇ ਭਰਤਾ, 1-1 ਟਰਾਲਾ ਰੋਜ਼ ਭਰਾ ਲੈਂਦਾ ਇਹ, ਮੰਡੀ ਲੈ ਜਾਂਦਾ ਆਪਣਾ ਉਨੇ ਕੁ ਭਰ ਕੇ ਵੇਚ ਆਉਂਦਾ ਫਿਰ ਆ ਕੇ ਭਰਾ ਲੈਂਦਾ। ਬਾਕੀ 2-wheel 'ਤੇ ਚੱਲਦੀ ਆ ਰਾਣੀ ਅਜੇ ਤਾਂ, ਬਾਬਾ ਰੱਖੇ ਸੁੱਖ ਮੈਂ ਤਾਂ ਕਹਿੰਦਾ 2-wheel 'ਤੇ ਚੱਲੀ ਜਾਵੇ, ਪਰ ਐਂ 4x4 ਤੁਹਾਨੂੰ ਪਤਾ ਹੀ ਹੈ ਨਾ ਅੱਗੇ ਨੂੰ। ਚਲੋ ਆਪਾਂ ਹੁਣ ਕਟਰ ਵੀ ਲਿਆ ਨਾ, ਕੰਮ ਤਾਂ ਛੱਡਣਾ ਹੀ, ਆਹ ਖੜਾ ਤਾ ਟਰੈਕਟਰ ਬਾਈ ਨੇ, ਇੱਥੇ ਤਾਂ ਟਰੈਕਟਰ ਅੱਗੇ ਨਹੀਂ ਜਾਣਾ। ਇਹ ਵੀ ਬਾਈ ਸੱਚਿਆਂ ਜ਼ਿਮੀਂਦਾਰ ਵੀ ਹੈ ਨਾ, ਜੇ ਕਿਤੇ ਟਰੈਕਟਰ ਟਰਾਲੀ ਫਸਦੀ ਆ ਤਾਂ ਬਈ ਨਿਕਲਦੀ ਨਹੀਂ ਹੈਗੀ। ਉਹ ਚੱਲਦੀ ਆਪਣੀ ਦਸ਼ਮੇਸ਼ੋ, ਅਮਰਜੀਤ ਬਾਈ ਨੂੰ ਕੱਲ੍ਹ ਫੋਨ ਲਾਇਆ ਦਸ਼ਮੇਸ਼ ਨੇ ਮੈਨੇਜਰ ਨੂੰ, ਕਹਿੰਦਾ ਨਿੰਦਰਾ ਕਿਉਂ ਬੁੜੇ ਬੰਦੇ ਦਾ ਗਲ ਘੁੱਟਣ ਲੱਗਿਆ, ਹੁਣ ਕੋਈ ਚੀਜ਼ ਤਾਂ ਰਹਿਣ ਦੇ, 4x4 ਵੀ ਲੱਗਿਆ ਲਾਉਣ। ਉਹ ਮੈਂ ਕਿਹਾ ਬੁੜੀ ਨਹੀਂ ਭਰਾਵਾ, ਇਹ ਤਾਂ ਨਵੀਆਂ ਨਵੀਂ ਮਾਤ ਪਾਉਂਦੀ ਜਾਂਦੀ ਆ ਨਾ। ਇਹ ਬਾਈ ਦੀ ਆਪਾਂ ਮੱਕੀ ਦਿਨ ਵੱਢੀ, ਮੱਕੀ ਤਾਂ ਬਾਈ ਪਹਿਲੇ ਦਿਨ ਵੱਢੀ ਤਾਂ 1,550 ਲੱਗੀ, ਦੂਜੇ ਦਿਨ ਵੱਢੀ 1,650 ਤੱਕ ਰੇਟ ਆ ਜਿਹੜਾ ਮੱਕੀ ਦਾ ਨਾ ਆਪਣੀ ਮਸ਼ੀਨ ਦਾ ਵੱਢੀ ਦਾ ਲੱਗਿਆ। ਬਾਕੀ ਟੋਟੇ ਟੁੱਟੇ ਦੀ ਕੰਪਲੇਂਟ ਹੁੰਦੀ ਆ ਨਾ ਬਈ, ਟੋਟਾ ਸਫਾਈ ਮਸ਼ੀਨ ਦੀ ਐਨ ਪੂਰੀ ਆ, ਜਿਹੜੀ ਮੇਨ ਚੀਜ਼ ਪੁਆਇੰਟ ਜ਼ਿਮੀਂਦਾਰ ਭਰਾ ਆਪਣੇ ਨੋਟ ਕਰਦੇ ਆ ਮੱਕੀ ਦੇ ਵਿੱਚ ਹੈ ਨਾ, ਉਹ ਕਿਸੇ ਪਾਸਿਓਂ ਮਸ਼ੀਨ ਦੇ ਵਿੱਚ ਕਮੀ ਨਹੀਂ ਹੈਗੀ। ਮੈਂ ਕਹਿੰਦਾ ਵੀ ਬਹੁਤ ਸੋਹਣੀ, ਜਿਹਨੂੰ ਕਹਿ ਦਈਏ ਆਪਾਂ ਦਾਣੇ ਗਿਣਦੀ ਫਿਰਦਾ ਇੰਜਣ ਵੀ, ਮਸ਼ੀਨ ਵੀ, ਸਫਾਈ ਵੀ। ਬਾਕੀ ਤੁਹਾਨੂੰ ਸਫਾਈ ਵੀ ਦਿਖਾ ਦਿੰਦਾ ਨਾ, ਇਹ ਪਤਾ ਨਹੀਂ ਕਿਹੜਾ ਬੀਜ ਆ, ਭੜਕ 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 ਛੱਲੀਆਂ ਵੱਜਦੀਆਂ ਵਿੱਚ। ਬਾਕੀ ਸਾਬੀ ਬਾਈ ਦੀ ਪੁੱਛਦੇ ਕਿਹੜਾ ਬੀਜ ਆ ਇਹ, ਟਰਾਲੀ ਵੀ ਮਸ਼ੀਨ ਨੀਵੇਂ ਤਾਂ ਹੋ ਜਾਂਦੀ, 1-2 ਟੈਂਕ ਪੈਂਦੇ ਆ, ਟਾਇਰ ਨੀਵਾਂ ਹੋ ਜਾਂਦਾ ਉਹ ਵੀ ਨਹੀਂ ਪੈਂਦੀ, ਉਹ ਕੱਢਿਆ ਬਾਈ ਮਾਲ, ਕਰੋ ਜੀ ਚੈੱਕ ਸਫਾਈ ਦਾਣੇ ਦਾ ਬਾਈ। ਐਨ ਹੈ ਨਾ ਕਿਸੇ ਵੀ ਜ਼ਿਮੀਂਦਾਰ ਜਿਹਦੇ ਆਪਣੇ ਵੱਢੀ ਆ, ਕਿਸੇ ਵੀ ਆਪਣੇ ਜ਼ਿਮੀਂਦਾਰ ਭਰਾ ਨੇ ਨਹੀਂ ਕਿਹਾ ਵੀ ਨਿੰਦਰਾ ਟੋਟਾ ਕਰਦੀ ਆ ਜਾਂ ਕੁਛ ਕਰਦੀ ਆ ਹੈ ਨਾ। ਬਾਕੀ ਬਾਈ 4x4 ਲੱਗ ਜਾਣਾ, ਮੂੰਗੀ ਬਣਾਉਣੀ ਆ ਤਾਂ ਵੀ ਬਾਈ ਸੰਪਰਕ ਕਰਿਓ ਨਿੰਦਰ ਆਪਣੇ ਬਾਈ ਗੱਲ ਹੈ ਨਾ। ਜੇ ਮੱਕੀ ਬਣਾਉਣੀ ਆ 4x4 ਗਿੱਲੇ ਪਾਣੀ ਖੜ੍ਹੇ 'ਚ ਵੀ ਮੱਕੀ ਵੱਢਾਂਗੇ, ਉਹ ਤੁਹਾਨੂੰ ਪਤਾ ਹੀ ਆ ਨਾ ਵੀ ਇਹ 4x4 ਜਦੋਂ ਮਸ਼ੀਨ ਨੂੰ ਲੱਗ ਜਾਂਦਾ ਜਦ ਤਾਂ ਸਮਝ ਲਓ ਗੇਅਰ ਪੈ ਗਿਆ, ਅਤੇ ਮੰਨ ਲਓ ਜੇ ਕਿੱਲੇ 'ਚ ਮਸ਼ੀਨ 7-8 ਲੀਟਰ ਡੀਜ਼ਲ ਖਾਂਦੀ ਆ ਤਾਂ ਫਿਰ 15-20 ਚੱਲ ਜਾਂਦੀ ਆ, 12-13 ਤਾਂ ਨੋਰਮਲ ਜੀ ਉਹ ਗੱਲ ਆ ਪਿਆ ਨਾ। ਤੁਹਾਨੂੰ ਪਤਾ ਖੜ੍ਹੇ ਪਾਣੀ 'ਚ ਜੇ ਮਸ਼ੀਨ ਤੁਰੀ ਜਾਂਦੀ ਹੈ, ਜਿਵੇਂ ਘਰ 'ਚ ਪਾਣੀ ਖੜ੍ਹਾ ਨਾ ਇਹਦੇ ਵਿੱਚ ਤੁਰੀ ਜਾਂਦੀ ਆ, ਜਦੋਂ ਕਿਤੇ ਫਿਰ ਕਹਾਣੀ ਜੀ ਆਉਂਦੀ ਆ ਨਾ ਉੱਥੇ ਫਿਰ ਤੇਲ ਥੋੜ੍ਹਾ ਜਿਹਾ ਡੀਜ਼ਲ ਆ ਜਿਹੜੀ ਮਸ਼ੀਨ ਆ
ਖਿਚਾਈ ਪੂਰੀ ਕਰਦੀ ਆ। ਬਾਕੀ ਤੁਹਾਨੂੰ ਪਤਾ ਹੀ ਆ ਨਾ ਵੀ ਗਿੱਲੇ ਦੇ ਸੁੱਕੇ ਦਾ ਬਾਈ ਫਰਕ ਹੈਗਾ ਹੀ ਹੈਗਾ, ਜ਼ਮੀਨ ਸਮਾਨ ਦਾ ਰੇਟ 'ਚ ਥੋੜ੍ਹਾ ਜਿਹਾ ਮਾੜਾ ਮੋਟਾ ਵੱਧ ਕਰਕੇ ਹੈ ਨਾ ਚੱਲ ਜਾਂਦਾ ਕੰਮ। ਬਾਕੀ ਮੇਰਾ ਵੀ ਦੱਸਿਓ ਕਿਹੜੇ ਕਿਹੜੇ ਏਰੀਏ 'ਚ ਮੀਂਹ ਪੈ ਗਿਆ ਨਾ, ਮਸ਼ੀਨਾਂ ਦਾ ਕੰਮ ਆ ਜਿਹੜਾ ਮੱਕੀ ਦੀ ਵਢਾਈ ਦਾ ਰੁਕਿਆ। ਬਾਕੀ ਆਪਾਂ ਲਾ ਦਾਂਗੇ ਅੱਜ 4x4, ਸ਼ਾਇਦ ਰਾਤ ਨੂੰ ਸਵੇਰੇ ਲੱਗ ਜਾਵੇ। ਅੱਜ ਆਪਾਂ ਚੱਕ ਕੇ ਲਿਆਉਣਾ, ਥੋੜ੍ਹੀ ਜਿਹੀ ਮਨੀ ਦੀ ਪ੍ਰੋਬਲਮ ਆਉਂਦੀ ਸੀ, ਉਹ ਅੱਜ ਕਰਕੇ ਹੀਲਾ ਵਸੀਲਾ ਨਾ ਅੱਕਣ ਆਪਣੇ ਵੀਰ ਭਾਈਆਂ ਦੇ ਥੋੜ੍ਹੇ ਥੋੜ੍ਹੇ ਕਰਕੇ ਫੜੇ, ਕੁਝ ਵੱਡੇ ਹੋਏ ਜਿਹਨਾਂ ਨੂੰ, ਉਹਨਾਂ ਨੂੰ ਕਿਹਾ ਨਾ ਵੀ ਥੋੜ੍ਹੇ ਬਹੁਤ ਦੋ ਜਿੰਨੇ ਕੁ ਬਣਦੇ ਆ ਬੜਾ, ਜਾਂ ਅੱਧੇ ਅੱਧੇ ਦੇ ਦੇਣ, ਇੰਨੇ ਜਿਹਾ ਬੜਾ 4x4 ਲੱਗ ਗਿਆ ਬਾਈ, ਨਾਲੇ ਤਾਂ ਚੀਜ਼ ਬਣ ਜਾਂਦੀ ਆ ਨਾ। ਤੁਹਾਨੂੰ ਪਤਾ ਵੀ ਕੰਮ ਅਜੇ ਖੜਾ, ਨਿਬੇੜਾ ਹੁੰਦਾ ਨਹੀਂ ਐਤਕੀ ਕੰਮ ਦਾ, ਹੁਣ ਕੁਛ ਮੀਂਹ ਪੈ ਗਏ, ਮੀਂਹ ਪੈਣ ਕਰਕੇ ਜਮਾਂ ਹੀ ਹੁਣ ਸਿਰਾ ਹੀ ਹੋ ਗਿਆ ਕੰਮ। ਬਾਕੀ ਮੇਰੇ ਹਿਸਾਬ ਗੱਲ ਤਾਂ ਨਾ ਵੀ ਜਿਵੇਂ ਆਹ ਮਸ਼ੀਨ ਹੁਣ ਚੱਲਦੀ ਆ ਖੇਤ 'ਚ, ਇਹ ਤਾਂ ਵੈਸੇ ਇੱਕ ਨਾ ਤਾਂ ਚੱਲੀ ਜਾਣੀ ਆ, ਬਾਕੀ ਅੱਗੇ ਅੱਗੇ ਪਤਾ ਕੁਛ ਨਹੀਂ ਬਾਈ। ਸਾਨੂੰ ਵੀ ਬੱਦਲ ਫੁੱਲ ਚੜਿਆ ਖੜਾ, ਫੁੱਲ ਨਹੀਂ ਰਾ, ਇੱਧਰ ਥੋੜ੍ਹਾ 20 ਕਿਲੋਮੀਟਰ ਦੇ ਤਾਂ ਮੀਂਹ ਆਪਣੇ ਹੈ ਨਾ ਸੁਲਤਾਨਪੁਰ ਲੋਧੀ ਸਾਈਡ ਨੂੰ, ਆਹ ਇੱਧਰ ਹੈਗਾ ਸੁਲਤਾਨਪੁਰ ਲੋਧੀ ਰੂਪੇ ਵਾਲ ਕਾਲੇ ਸੰਘਿਆ ਆਹ ਪਾਸਾ ਚੱਲ ਗਿਆ, ਉੱਧਰ ਨੂੰ ਮੀਂਹ ਹੁਣ ਵੀ ਪੈਂਦਾ। ਆਪਾਂ ਉੱਥੇ ਵੱਢਣ ਜਾਣਾ ਤਾਂ, ਇੱਕ ਵੀਰ ਦੀ ਆਪਣੇ ਦੀ ਵੀਡੀਓ ਦੇਖਦਾ ਵੀਰ ਆਪਣਾ ਸਾਬੀ, ਉਹਦੇ ਵੱਢਣ ਜਾਣਾ ਤਾਂ ਉਹਨੂੰ ਫੋਨ ਲਾਇਆ ਸਵੇਰੇ, ਕਹਿੰਦਾ ਨਿੰਦਰ ਬਾਈ ਕਣੀਆਂ ਪੈਂਦੀਆਂ ਯਾਰ। ਮੈਂ ਚੱਲ ਤੂੰ ਅੱਜ ਰੁਕ ਜਾ, ਰੁਕੇ ਦੇ ਬਾਅਦ ਫਿਰ ਇਹ ਦੇਖ ਕੇ ਸੁੱਕਾ ਤਾ, ਨਾਲੇ ਬੰਦਾ ਆਪਣਾ ਨਾ ਬਾਹਮਣੀ ਸਾਬੀ ਬਾਈ ਆਪਣਾ ਕੰਬਾਈਨਾਂ ਵਾਲਾ ਜੀ, ਇਹਦੇ ਪਰਸੋਂ ਦੀ ਲੱਗੀ ਹੋਈ ਆ 6 ਕਿੱਲਿਆਂ 'ਚ, ਇੱਕ ਟਰਾਲਾ ਰੋਜ਼ ਭਰਾ ਲੈਂਦਾ ਆਪਣਾ, ਇਹਦੇ ਬਾਅਦ ਵੀ ਹੋਰ ਘਰ ਲੱਗ ਜਾਂਦੇ ਜਾ ਕੇ ਹੈ ਨਾ। ਚੱਲ ਇਹ ਖੇਤ ਸੁੱਕਾ, ਮਸ਼ੀਨ ਚੱਕਾ ਘੁੰਮੀ ਜਾਂਦਾ, ਬਾਕੀ ਸਾਰੀਆਂ ਚੱਲ ਪਈਆਂ ਜਿੱਦਾਂ ਸਾਡਾ ਆਪਣੀਆਂ ਦੋਨੇ ਮਸ਼ੀਨਾਂ ਦੂਜੀਆਂ ਵੀ ਗਈਆਂ, ਅੱਜ ਦਸ਼ਮੇਸ਼ ਵੀ ਆ ਗਈ, ਦੂਜਿਆਂ ਦਾ ਚਲੋ 4x4 ਲੱਗਿਆ, ਇਹਨੂੰ ਵੀ ਲੱਗ ਜਾਣਾ ਬਾਈ ਅੱਜ ਕਰਮ ਵਾਲੀ ਨੂੰ ਹੈ ਨਾ। ਬਾਕੀ ਇਹ ਮਾਲਕਾ ਕਰਾਉਣ ਵਾਲਾ ਹੈ ਨਾ, ਸੋਚਿਆ ਨਹੀਂ ਤਾਂ ਹੈਗਾ ਬਾਈ ਵੀ ਮਸ਼ੀਨ ਦੇ ਇੰਨੀ ਛੇਤੀ ਮਸ਼ੀਨ ਦੇ ਮਾਲਕ ਬਣਾਂਗੇ ਨਾ। ਮਾਲਕ ਜਾਂ ਕਹਿੰਦੇ ਬਾਂਹ ਫੜਦਾ ਤਾਂ ਵੀ ਸਾਰੇ ਪਾਸਿਓਂ ਫੜ ਲੈਂਦਾ, ਇੱਕ ਮਸ਼ੀਨ ਦਾ ਸੋਚਿਆ ਸੁਪਨਾ ਦਾ ਵੀ ਇੰਨੀ ਮਿਹਨਤ ਕਰੀ ਦੀ ਹੈ ਨਾ, ਇੰਨੀ ਮਿਹਨਤ ਕਰੀ ਆ ਵੀ ਮਸ਼ੀਨ ਲੈਣੀਓ ਲੈਣੀ ਆ, ਜਦ ਮਰਜ਼ੀ ਲੈ ਲਈਏ, ਬਸ ਉਹ ਮਿਹਨਤ ਰੱਬ ਨੇ ਸੁਪਨਾ ਹੈ ਨਾ ਸਾਕਾਰ ਕਰਿਆ ਵਧੀਆ, ਆਪਣੀ ਜਿਹੜੀ ਮਨ ਦੀ ਰੀਝਤੀ ਪੂਰੀ ਹੋਣ ਦੇ ਬਾਅਦ ਫਿਰ ਮਸ਼ੀਨ ਤਾਂ ਚਲੋ ਲੈ ਲਈ ਹੈ ਨਾ, ਫਿਰ ਧੜਕਾ ਯਾਰ ਇਹ ਵੀ ਮੱਕੀ ਦਾ ਸੀਜ਼ਨ ਆ, ਮਸ਼ੀਨ ਲੈ ਲਈ ਖੜੂਗੀ ਹੈ ਨਾ, ਛੱਲੀਆਂ ਦੇ ਚਲਾਵਾਂਗੇ, ਲੇਬਰ ਨਹੀਂ ਮਿਲਣੀ। ਫਿਰ ਉਹਦੇ ਬਾਅਦ ਕਰਤਾਰ ਵਾਲਿਆਂ ਦਾ ਬਹੁਤ ਸ਼ੁਕਰੀਆ, ਧੰਨਵਾਦ ਹੈ ਨਾ ਜਿਨ੍ਹਾਂ ਨੇ ਦੇਖੋ 5-6 ਲੱਖ ਦਾ 7-8 ਲੱਖ ਦਾ ਪੁਰਜਾ ਹੈ ਨਾ, ਇੱਕ ਬਿਨਾਂ ਦੱਸੇ ਔਰ ਬਿਨਾਂ ਪੈਸਿਆਂ ਤੋਂ ਜਿਹੜਾ ਮੇਰੀ ਮਸ਼ੀਨ ਦੇ ਮੂਹਰੇ ਪਾਤਾ, ਉਹਨਾਂ ਦਾ ਸਭ ਤੋਂ ਬੜਾ ਧੰਨਵਾਦ ਕਰਦੇ ਹਾਂ। ਬਾਕੀ ਅਮਰਜੀਤ ਬਾਈ ਆਪਣਾ ਦਸ਼ਮੇਸ਼ ਤੋਂ, ਉਹਨਾਂ ਨੇ ਬਾਈ ਬਹੁਤ ਸਾਥ ਦਿੱਤਾ ਹੈ ਨਾ, ਉਹਨਾਂ ਨੇ ਵਿਚਾਰਿਆਂ ਨੇ ਹਾਲੇ ਤੱਕ ਮੰਨ ਲਓ ਜਿਹੜੀ ਮਸ਼ੀਨ ਦਾ ਸਾਡਾ ਹਿਸਾਬ ਕਿਤਾਬ ਆ ਨਾ, ਹਜੇ ਤੱਕ ਕੋਈ ਫੋਨ ਨਹੀਂ ਲਾਇਆ ਹੈਗਾ ਵੀ ਨਿੰਦਰਾ ਕਿੱਦਾਂ ਯਾਰ ਪੈਸੇ ਪੇਮੈਂਟ ਹੈ ਨਾ, ਜੋ ਚਲੋ ਉਹ ਤਾਂ ਦੇਣੀ ਉਹ ਆਪਣੇ ਹੱਥ ਬੰਨ ਕੇ ਦੇਣੀ ਆ, ਪਰ ਹਜੇ ਤੱਕ ਵੀ ਉਹਨਾਂ ਦਾ ਇਹ ਫੋਨ ਨਹੀਂ ਆਇਆ ਵੀ ਨਿੰਦਰਾ ਪੇਮੈਂਟ ਨਹੀਂ ਆਈ ਜਾਂ ਕਿ ਥੋੜ੍ਹੇ ਜਿਹੇ ਪਾਏ ਆ ਬਾਈ, ਜਿੰਨੇ ਕਹਿੰਦਾ ਰਿਪੇਅਰ 'ਤੇ ਅਲੱਗ ਲੁੱਗੇ ਤੁਹਾਨੂੰ ਪਤਾ ਹੀ ਆ, ਬਾਕੀ ਡੀਜ਼ਲ ਪਾਣੀ ਵੀ ਆਪਣਾ ਪਾਉਣਾ ਪੈਂਦਾ ਹੈ ਨਾ, ਜਿੰਨਾ ਟਾਈਮ ਤਾਂ ਕੰਮ ਕਰਦੇ ਉਨਾ ਟਾਈਮ ਤਾਂ ਚੱਲਦਾ, ਫਿਰ ਤੋਂ ਬਾਅਦ 'ਚ ਤੁਹਾਨੂੰ ਪਤਾ ਵੀ ਘਰ ਦੇ ਕੰਮ ਆਉਂਦੇ ਹਾਂ। ਹੁਣ ਅੱਜ ਡੀਜ਼ਲ ਦੀ ਟੈਂਕੀ ਭਰਾਵਾਂਗੇ, ਨਾਲੇ ਅੱਜ ਦੇਖਦੇ ਹਾਂ ਫਿਰ ਲਾਉਂਦੇ ਹਾਂ ਸੇਵਕ ਬਾਈ ਨੂੰ ਫੋਨ, ਆਪਣਾ ਸੇਵਕ ਜਿਹਦੀ ਆਪਾਂ ਵੀਡੀਓ ਕਰੀ ਦੀ ਹੈ ਨਾ ਬਾਈ, ਉਹਦੀ ਚਾਚਾ ਦੀ, ਉਹਦੇ ਨੇ ਉਹਨੇ 4x4 ਲਾਉਣਾ ਆਪਣੀ ਮਸ਼ੀਨ ਨੂੰ, ਉਹਨੂੰ ਇਹ ਕਿਹਾ ਮੈਂ ਕਿਹਾ ਤੂੰ ਹੀ ਲਾ ਯਾਰ, ਬਾਕੀ ਆਪਾਂ ਚੱਕ ਕੇ ਲਿਆਉਣਾ 4x4 ਰੇਹੜੀ 'ਤੇ, ਬਸ ਘੰਟੇ ਡੇਢ ਘੰਟੇ ਤੱਕ ਲਿਆਉਣਾ ਚੱਕ ਕੇ, ਤੁਹਾਨੂੰ ਦਿਖਾਵਾਂਗੇ ਨਾਲੇ 4x4, ਤੁਸੀਂ ਵੀ ਦੱਸਿਓ ਬਾਈ ਲੇਹ ਲੈਣ ਦਾ ਕਾਮਯਾਬ ਆ ਜਾਂ ਟਾਟਾ ਦਾ, ਜਿਹਨੇ ਆਪਾਂ ਦਾ ਜਿਹੜੇ ਬੰਦਿਆਂ ਨੇ ਪੁੱਛਿਆ ਉਹ ਸਾਰੇ ਵੀਰ ਇਹੀ ਕਹਿੰਦੇ, ਕਹਿੰਦੇ ਲੇਹ ਲੈਣ ਦਾ ਜਿਹੜਾ ਹੈ ਨਾ ਵੀ ਦੀ ਰਿਪੇਅਰ ਨਹੀਂ ਹੈਗੀ, ਟਾਟਾ ਦੀ ਹਰ ਸਾਲ 5-7 ਹਜ਼ਾਰ ਰੁਪਇਆ ਲਾ ਕੇ ਤੁਸੀਂ ਚਲਾਉਂਗੇ, ਜਿਹੜਾ ਲੇਹ ਲੈਣ ਆ ਇਹਦੇ ਵਿੱਚ ਕਹਿੰਦਾ ਕੋਈ ਰਿਪੇਅਰ ਨਹੀਂ। ਕਈ ਬੰਦਿਆਂ ਨੇ ਵੀਰਾਂ ਨੂੰ ਫੋਨ ਲਾ ਲਏ, ਬਾਕੀ ਆਪਾਂ ਨੂੰ ਸੈੱਟੇ ਮਿਲ ਗਿਆ ਬਾਈ, ਸਾਰਾ ਹੀ ਬਣਾਇਆ ਟੋਟਲੀ, ਬਸ ਇੱਕ ਟਾਇਰ ਲੱਗਣੇ ਆ, ਉਹਦੇ ਟਾਇਰ ਥੋੜ੍ਹੇ ਘਸੇ ਹੋਏ, ਇੱਕ ਟਾਇਰ ਨੂੰ ਕੱਟ ਜਿਹਾ ਲੱਗਿਆ ਹੋਇਆ, ਉਹਦੇ ਕਰਕੇ ਫਿਰ ਮੈਂ ਕਿਹਾ ਚਲੋ ਟਾਇਰ ਲਾ ਲਾਂਗੇ ਨਾ, 20-22 ਹਜ਼ਾਰ ਦੇ ਟਾਇਰ ਆ,
ਲਾ ਕੇ ਚਲੋ ਆਪਣਾ 4x4 ਵਾਲੀ ਹੋ ਜੂਗੀ ਆਪਣੀ, ਹੈ ਨਾ। ਹਰੇਕ ਜਿਹਦਾ ਵੀ ਫੋਨ ਆਉਂਦਾ ਜਿਮੀਦਾਰ ਦਾ, ਬਾਈ 4x4 ਲੱਗਿਆ ਹੈ, ਬਾਈ 4x4 ਲੱਗਿਆ। ਹਾਂਜੀ ਬਾਈ, ਹੁਣ ਆਪਣੀ ਮਸ਼ੀਨ ਦੇ ਵੀ 4x4 ਤੁਹਾਨੂੰ ਕੱਲ੍ਹ ਤੋਂ ਬਾਅਦ ਨਾ ਛੋਟੇ ਟਾਇਰ ਕੱਢ ਕੇ ਬੜੇ ਟਾਇਰਾਂ ਦੇ ਵਿੱਚ ਲੱਗੀ ਸੀ ਮਸ਼ੀਨ, ਆਪਾਂ ਤੁਹਾਨੂੰ ਚਲਾ ਕੇ ਦਿਖਾਵਾਂਗੇ। ਬਾਕੀ ਐਵੇਂ ਮਾਲਕ ਦਾ ਸਿਰ 'ਤੇ ਹੱਥ ਰਹੇ, ਹੈ ਨਾ, ਉਹ ਸਭ ਤੋਂ ਵਧੀਆ। ਬਾਕੀ ਐਂ ਚੱਕਾ ਘੁੰਮੀ ਜਾਵੇ ਬਾਈ, ਆਪਾਂ ਤਾਂ ਲਾਲਚ ਨਹੀਂ ਕਰਦੇ, ਆਪਾਂ ਤਾਂ ਕਹਿੰਦੇ ਵੀ ਬਾਬੇ ਦੀ ਕਿਰਪਾ ਗਾ 5-7 ਕਿੱਲੇ ਦਿਹਾੜੀ ਦੇ ਜਿਹੜੇ, ਹੈ ਨਾ। ਆਪਾਂ ਇਹ ਨਹੀਂ ਕਹਿੰਦੇ 20-25 ਵੱਢੀ ਜਾਵੇ, ਵੀ 5 ਕਿੱਲੇ ਦਿਹਾੜੀ ਦੇ ਜੇ ਵੱਢੀ ਜਾਵੇ ਤਾਂ ਆਪਾਂ ਨੂੰ ਹੋਰ ਇਹਦੇ ਉੱਪਰ ਨੂੰ ਕਿਹਾ ਨਾ ਬਈ ਬਹੁਤਾ ਲਾਲਚ ਵੀ ਮਾਰ ਲੈਂਦਾ। ਮੈਂ ਖੇਤ ਤਾਂ ਸੁੱਕਾ ਹੀ ਹੈ ਇਹ, ਨਾ ਮੱਕੀ ਵੀ ਸੁੱਕ ਗਈ ਬਈ। ਹੁਣ ਤਾਂ ਮੀਂਹ ਪੈਣ ਕਰਕੇ ਟਾਂਡਾ ਥੋੜ੍ਹਾ ਜਿਹਾ ਰੁਕੂ 1-2 ਦਿਨ, ਨਹੀਂ ਤਾਂ ਬਸ ਸੁੱਕਿਆ ਨਾਲ ਦੀ ਉਹਦੀ। ਚਲੋ ਬਾਕੀ ਮਿਲਾਉਂਦੇ ਤੁਹਾਨੂੰ ਸਾਬੀ ਬਾਈ ਗੱਲ ਹੁਣ ਆ ਜਾਵੇ, ਪੁੱਛਦੇ ਉਹਨੂੰ ਕਿੰਨਾ ਝਾੜ ਨਿਕਲਿਆ ਮੱਕੀ ਦਾ, ਸਾਰਾ ਪਲਾਟ ਕਿਉਂ ਆਪਾਂ ਨਹੀਂ ਵੱਢਿਆ ਨਾ ਇਹ। ਹਾਂ ਨਹੀਂ, ਮੈਨੂੰ ਐਂ ਕੀ ਰੇਟ ਲੱਗੀ ਤੇਰੀ ਮੱਕੀ ਬਾਈ ਉਦਣ? 1650 ਚੜਾਈ ਆ ਫਿਰ ਤਾਂ ਜੱਟ ਦੀ। ਇਹ ਬਾਈ ਕਿਹੜਾ ਬੀਜ ਹੈ ਇਹ? 9908 9908 ਕਿਵੇਂ ਰਿਹਾ ਮਸ਼ੀਨ ਦਾ ਰਿਜ਼ਲਟ? ਰਿਜ਼ਲਟ ਤਾਂ ਬਹੁਤ ਵਧੀਆ, ਟੋਟਾ ਹੈ ਹੀ ਨਹੀਂ। ਹਾਂ ਸੱਚ ਦੱਸੀ, ਝੂਠ ਨਾ ਬੋਲੀ। ਮੈਂ ਟਰਾਲੀ ਚੋਂ ਮੱਸੀ ਕੁਇੰਟਲ ਨਹੀਂ ਨਿਕਲਿਆ, ਹੁਣ ਨਿਕਲਿਆ ਨਹੀਂ ਬੜੇ ਟਰਾਲੇ ਆਏ ਚੋਂ। ਹਾਂ ਟਰਾਲੇ ਦੇ ਵਿੱਚੋਂ ਬਾਈ ਇੱਕ ਉਹਦੇ ਵਿੱਚ ਇਹ ਨਹੀਂ ਇਕੱਲਾ ਵੀ ਦਾਣਾ ਨਹੀਂ ਹੁੰਦਾ, ਉਹਦੇ ਵਿੱਚ ਨਾਲ ਛੱਲੀ ਵਾਲਾ ਬੋਰ ਜਿਹਾ ਵੀ ਹੁੰਦਾ, ਹੈ ਨਾ, ਗੁੱਲ ਵੀ ਹੁੰਦਾ ਬਰੀਕ। ਠੀਕ ਆ, ਵਧੀਆ ਜਾਣੀ ਕਰਿਆ ਕੰਮ ਮਸ਼ੀਨ ਨੇ, ਖੁਸ਼ ਹਾਂ? ਮੈਂ ਡਰਦਾ ਸੀਗਾ ਮਸ਼ੀਨ ਦੇ ਕੇ, ਪਰ ਬਹੁਤ ਵਧੀਆ। ਨਹੀਂ ਡਰਦਾ ਕਾਹਦੇ ਦਾ, ਵੀ ਟੋਟਾ ਨਾ ਕਰੇ ਆ, ਟੋਟਾ ਨਾ ਤੁਹਾਨੂੰ ਕਿਹਾ ਟੋਟਾ ਨਾ ਹੋਵੇ। ਹਾਂ ਜਦੋਂ ਪੱਖਾ ਲੱਗਾ ਬਹੁਤ ਵਧੀਆ, ਰੇਟ ਵੀ ਸਭ ਤੋਂ ਵਧੀਆ ਲੱਗਾ, ਰੇਟ ਵੀ ਟੌਪ, ਤੇਰੇ ਟੌਪ ਤੇ ਲੱਗਿਆ ਹੋਇਆ ਉਹਦਾ। 1650 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
ਅੱਜ ਵੀ ਜਲਦੀ ਆ ਜਲਦੀ ਆ ਮੱਕੀ ਦੇ ਫੇਰ ਬਾਕੀ ਸਹੀ ਗੱਲ ਆ ਦੇਖ ਲਾ ਵੀ ਜਿੱਦਣ ਦੇ ਆਏ ਆ ਨਾ ਇੱਕ ਤਾਂ ਦਿਲ ਕਰੇ ਮੈਂ ਇਹ ਮਸ਼ੀਨ ਲਾ ਲਵਾਂ ਇੱਕ ਦਿਲ ਕਰੇ ਵੀ ਮੈਂ ਨਾ ਲਾਵਾਂ ਪਰ ਜਦ ਮੰਡੀ 'ਚ ਗਿਆ ਫਿਰ ਰੇਟ ਲੱਗਿਆ ਫਿਰ ਕਹਿੰਦੇ ਵੀ ਉਹਤੇ ਵਧਾਉਣੀ ਆ ਲਾਲ 'ਤੇ ਹੈਂ ਮੀਂਹ ਮੌਸਮ ਫੇਰ ਬਣਦਾ ਬਾਈ ਮੌਸਮ ਤਿਆਰ ਆ ਵਾ ਸੌਣ ਹੋਮ ਕਿੰਨੇ ਕਿੱਲੇ ਰਹਿ ਗਏ ਤੇਰੇ ਹੋਰ ਸਾਹਿਬ ਵੀ ਬਈ ਅਜੇ ਸੱਤ ਰਹਿ ਗਏ ਉੱਧਰ ਠੀਕ ਆ ਉਹ ਸੁੱਕਾ ਕਿ ਗਿੱਲਾ ਉੱਥੇ ਇੱਦਾਂ ਹੀ ਮੈਂ ਲਾ ਦੇਣਾ ਆਪਾਂ 4x4 ਦੇਖੀ ਚੱਲ ਤੋਂ ਪਾ ਦੇਣਾ ਸਮਾਨ ਲੇਹ ਲੈਂਡ ਲਾ ਕੇ ਹਾਂ ਨਾ ਵੱਢ ਦੂੰ ਕੋਈ ਨੀ ਅੱਜ ਨਿਬੜ ਜਾਣਾ ਤੇਰਾ ਉਰੇ ਵਾਲਾ ਇਹ ਕਹਿ ਦਿਨ ਹੋ ਗਿਆ 6 ਕਿੱਲਿਆਂ ਨੂੰ ਕੱਲ੍ਹ ਬਣਾ ਲੈਂਦਾ ਕੱਲ੍ਹ ਸੁੱਕਾ ਜੀ ਦਾ ਦੁਪਹਿਰ ਤੇ ਵੱਧ ਚੱਲ ਪਿਆ ਤਾ ਕੰਮ ਰੇਟ ਨੀ ਮਿਲਦਾ ਹਨਾ ਇਹ ਵੀ ਜ਼ਿਮੀਂਦਾਰ ਵੀ ਆਪਣਾ ਸੈੱਟ ਦੇ ਕੇ ਬਣਾਉਂਦਾ ਹਨਾ ਕਿੰਨਾ ਝਾੜ ਆਇਆ ਉਹਦਾ ਆ ਇੱਕੋ ਅੱਛਾ ਬਟਬੋਲ ਕੋਈ ਹਿਸਾਬ ਕਿਤਾਬ ਹੈ ਨਹੀਂ ਗਿੱਲਿਆਂ ਦਾ ਝਾੜ ਇਹਦੀ ਘੱਟ ਦਾ 60 58 60 ਦੇ ਆੜਾ ਘੱਟ ਆ ਪਿਛਲੇ ਸਾਲ ਨਾਲੋਂ ਨਾ ਇਥੋਂ 68 ਨਿਕਲੇ ਸੀ
ਆ ਮਾਈ ਚੋ 60 ਕੁਇੰਟਲ 58 ਐਤਕੀ ਟੋਪ ਦੀ ਮੱਕੀ ਲੱਭਦੀ ਵੱਡੀ ਦੀ ਅਸੀਂ ਉਹ ਥੱਲੇ ਟੋਏ ਨੀਵੇਂ ਵਾਲੇ ਚ ਉਹ 57 ਕੁਇੰਟਲ ਦੀ ਹੋਈ ਆ ਮੱਕੀ ਉਹ ਕਹਿੰਦਾ ਬਾਈ ਫੁੱਲ ਟੋਪ ਦੀ ਮੱਕੀ ਸਾਰੀ ਮੱਕੀ ਚ ਬਾਕੀ ਬਈ ਮੀਂਹ ਫੇਰ ਮੌਸਮ ਬਣਦਾ ਮੌਲੀ ਨੂੰ ਕਿਹਾ ਖਿੱਚ ਕੇ ਲਾ ਦੇ ਨੇੜੇ ਅੱਜ ਹਨਾ 6 ਕਿੱਲਿਆਂ ਦੇ ਪਲਾਟ ਚ ਰੋਜ਼ ਇੱਕ ਟਰਾਲਾ ਭਰਾ ਲੈਂਦਾ ਇੱਕਣਾ ਨਜ਼ਾਰੇ ਗਿਆ ਮੱਛਾਂ ਨੂੰ ਵੱਟ ਦੇ ਕੇ ਇੱਕ ਟਰਾਲਾ ਭਰਾ ਕੇ ਟੌਰ ਗਿਆ ਵਗ ਜਾਂਦਾ ਮੰਡੀ ਉੱਧਰ 1-2 ਲੱਖ ਪਾ ਲਿਆ ਜੇਬ ਚ ਹੈ ਤਾਂ ਵੀ ਪੇਮੈਂਟ ਬਾਈ ਨਾਲ ਦੀ ਨਾਲ ਮਿਲੀ ਜਾਂਦੀ ਹੈ ਮੱਕੀ ਦੀ ਨਿਬੜ ਜਾਣਾ ਬਾਕੀ ਆ ਏਰੀਏ ਜੇ ਫੇਰ ਏਦਾਂ ਨੂੰ ਬਦਲ ਜਾ ਬਣਦਾ ਸੁਲਤਾਨਪੁਰ ਕਨੀ ਨੂੰ ਕਾਲਾ ਕਾਲਾ ਜਿਹਾ ਹੁੰਦਾ ਹੁਣ ਤਾਂ 4x4 ਦਾ ਹੀ ਕੰਮ ਰਹਿ ਗਿਆ ਬਾਈ ਹੁਣ 2-wheeler ਦਾ ਜੇ ਇੱਕ ਮੀਂਹ ਹੋਰ ਪੈ ਗਿਆ ਨਾ ਤਾਂ ਫਿਰ ਔਖਾ ਹੀ ਆ ਬਾਕੀ ਆਪਾਂ ਅੱਜ 4x4 ਹੁਣ ਚੱਲਿਆ ਮੈਂ ਉਹਨਾਂ ਕੋਲ ਨੂੰ ਦੇਖਦੇ ਹਾਂ ਨਾ ਚੱਕ ਕੇ ਲਿਆ ਕੇ ਸ਼ੈਡ 'ਚ ਭਰੀਏ ਉਹਨੂੰ ਫਿਰ ਕਰ ਲਾਂਗੇ ਫਿਟਿੰਗ ਸ਼ੁਰੂ ਉਹਦੀ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ 'ਚ ਹੁਣ ਤੁਹਾਨੂੰ ਦਿਖਾਵਾਂਗੇ 4x4 ਲਾ ਕੇ ਫਿਟਿੰਗ ਕਰਕੇ ਜਾਂ ਚਲਾ ਕੇ ਜੀ